ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖਦੇ ਪਏ ਹੋ ਗੁਲਾਮ ਅਹਿਮਦ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਜਨਾਬ ਅੱਜ ਵੀ ਇੱਕ ਪਹਿਲਾਂ ਛੋਟੀ ਦੀ ਵੀਡੀਓ ਲੈ ਕੇ ਆਇਆ। ਸੂਈ ਹੋਈ ਜਨਾਬ, ਕਿੰਨੇ ਦਿਨ ਹੋ ਗਏ ਨੇ, ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ। ਕੈਮਰਾਮੈਨ ਸਾਹਿਬ ਤਸੱਲੀ ਕਰਾਓ। ਮਾਸ਼ਾਅੱਲਾ ਦੋਸਤੋ, ਸ਼ਾਹਕਾਰੀ ਹੈ ਜਨਾਬ, ਮੱਥਾ ਸਫੈਦ ਹੈ, ਮੁੱਛ ਬੱਗੀ ਹੈ ਜਨਾਬ, ਬਾਕੀ ਜਨਾਬ ਕੈਮਰੇ ਨਜ਼ਰ ਹੈ, ਸੋਹਣਾ ਅਤੇ ਖੂਬਸੂਰਤ ਸਿੰਘ ਲਾਈ ਖੜੀ ਜਨਾਬ, ਬਿਲਕੁਲ ਬਰੀਕ ਤੌਣ ਹੈ ਜਿਵੇਂ ਜਨਾਬ ਕਾਨਾ ਹੁੰਦਾ, ਲੈਣੇ ਦੇਣੇ ਮੁਕੱਦਰ। ਦੋਸਤੋ, ਸਾਫ਼ ਸੁਥਰਾ ਜਾਨਵਰ ਹਮੇਸ਼ਾ ਕੋਸ਼ਿਸ਼ ਕਰਕੇ ਆਪਣੇ ਚੈਨਲ 'ਤੇ ਜਨਾਬ ਪਾਇਆ ਜਾਂਦਾ ਤਾਂ ਕਿ ਮੇਰੇ ਵੀਰ ਭਰਾ ਜਨਾਬ ਵੇਖਦੇ ਰਹਿਣ ਅਤੇ ਜਾਨਵਰ ਖਰੀਦਦੇ ਰਹਿਣ। ਕੱਦ ਮਾਸ਼ਾਅੱਲਾ ਬੜਾ, ਲਾਮ ਚੰਗੀ ਹੈ, ਕੱਦ ਮੁਕੰਮਲ ਮੇਰੇ ਭਰਾਵਾਂ ਦੇ ਸਾਹਮਣੇ ਜਨਾਬ। ਇਹ ਕੈਮਰਾਮੈਨ ਸਾਹਿਬ ਲਾਇਆ ਜੇ ਬੂਥੀ 'ਤੇ ਜਨਾਬ, ਇਹਦੇ ਵਿੱਚ ਜਨਾਬ ਬਿਲਕੁਲ ਜਨਾਬ ਭਾਵੇਂ ਕੱਚ ਦੇ ਗਲਾਸ 'ਚ ਪਾਣੀ ਪਿਆ ਸਕਦੇ ਜੋ। ਮੁੱਛ ਬੱਗੀ ਹੈ, ਪਿਛਲੇ ਦੋ ਪੈਰ ਧੋਤੇ ਨੇ ਕੈਮਰਾਮੈਨ ਸਾਹਿਬ, ਕੈਮਰੇ ਲਿਆਇਆ ਜੇ ਜ਼ਰਾ ਤਸੱਲੀ ਕਰਵਾਇਆ ਜੇ। ਬਾਕੀ ਜਨਾਬ ਉੱਠਾ ਮੁਕੰਮਲ ਜਨਾਬ ਕੈਮਰੇ ਨਜ਼ਰ 'ਚ, ਬਿਲਕੁਲ ਬਰੀਕ ਹੈ ਜਿਵੇਂ ਜਨਾਬ ਰੇਸ਼ਮ ਦਾ ਕੱਪੜਾ ਹੈ। ਕੱਦ ਬੜਾ ਮਾਸ਼ਾਅੱਲਾ, ਲਾਮ ਬਹੁਤ ਹੈ ਮਾਸ਼ਾਅੱਲਾ ਮਾਝ ਦੀ। ਬਾਕੀ ਜਨਾਬ ਥੱਬੇ ਦਾ ਵਾਨਾ, ਮੁੱਠ ਮੁੱਠ ਦਾ ਥਣ, ਗਿੱਠ ਗਿੱਠ ਅਤੇ ਵਿਰਲ ਜਨਾਬ ਤਸੱਲੀਆਂ ਕਰਵਾਵਾਂਗੇ ਆਪਣੇ ਵੀਰਾਂ ਦੀਆਂ। ਕੈਮਰਾਮੈਨ ਸਾਹਿਬ ਖਾਇਆ ਜੀ ਜਨਾਬ, ਇੱਕ ਹੱਡੀ ਹੈ ਮਾਸ਼ਾਅੱਲਾ, ਪੁੱਠਾ ਚੰਗਾ ਜਨਾਬ, ਹੱਡੀ ਇੱਕ ਹੈ ਜਨਾਬ, ਬਿਲਕੁਲ ਕਾਲੀ ਸ਼ਾਹ ਹੈ ਜਨਾਬ, ਚੁੰਨੀ ਕੌੜੀ ਤੋਂ ਸਾਫ਼ ਹੈ। ਥੱਬੇ ਦਾ ਵਾਨਾ ਮਾਸ਼ਾਅੱਲਾ, ਮੁੱਠ ਮੁੱਠ ਦਾ ਥਣ ਹੈ, ਵਿਰਲਾਂ ਦੇ ਥਣ ਨੇ, ਸੋਹਣਾ ਥਣ ਲਾਈ ਖੜੀ ਹੈ ਮਾਸ਼ਾਅੱਲਾ। ਕੱਦ ਜਨਾਬ ਮੁਕੰਮਲ ਮੇਰੇ ਵੀਰਾਂ ਦੇ ਸਾਹਮਣੇ ਜਨਾਬ, ਕਿਸੇ ਕਿਸਮ ਦਾ ਜਨਾਬ ਕੋਈ ਘਾਟਾ ਵਾਧਾ ਨਹੀਂ ਮਾਸ਼ਾਅੱਲਾ, ਬੜੀ ਖੂਬਸੂਰਤ ਹੈ, ਬਹੁਤ ਪਿਆਰੀ ਮੱਝ ਹੈ, ਛੋਟੀ ਹੈ ਜਨਾਬ, ਕੈਮਰੇ ਨਜ਼ਰ ਹੈ, ਮੁੱਠ ਮੁੱਠ 'ਤੇ ਥਣ ਲਾਈ ਖੜੀ ਹੈ, ਵਿਰਲਾਂ ਦੇ ਥਣ ਨੇ। ਬਾਕੀ ਜਨਾਬ ਟੁੱਟੀ ਫਿਰਦੀ ਵੀ ਕੈਮਰੇ 'ਚ ਲਿਆਵਾਂਗੇ ਤਾਂ ਕਿ ਮੇਰਾ ਵੀਰ ਭਰਾ ਕੋਈ ਜਨਾਬ ਵੇਖਣ ਵਾਸਤੇ ਪੈਰ ਸ਼ਾਰੇ ਦੇ ਜਨਾਬ ਰਹਿ ਨਾ ਜਾਣ, ਨਿੱਕਾ ਮਾੜੀ ਟੁਰਨ ਦੇ ਟੋਰ ਅਤੇ ਜਨਾਬ ਟੁਰਦੀ ਫਿਰਦੀ ਕੈਮਰੇ ਨਜ਼ਰ ਹੈ, ਪੈਰ 'ਚ ਕੋਈ ਘਾਟਾ ਵਾਧਾ ਤਾਂ ਅਸੀਂ ਵੇਖੀਏ ਅਤੇ ਸਾਡੇ ਵੀਰ ਭਰਾ ਵੇਖਣ। ਮਾਸ਼ਾਅੱਲਾ ਬਹੁਤ ਹੀ ਖੂਬਸੂਰਤ, ਲਾਜਵਾਬ ਹੈ ਜਨਾਬ, ਮੱਥਾ ਸਫੈਦ ਹੈ ਜਨਾਬ, ਮੋਟੀ ਮੋਟੀ ਅੱਖ ਹੈ, ਬਿਲਕੁਲ ਬਰੀਕ ਬੂਥੀ ਹੈ, ਮੁੱਛ ਬੱਗੀ ਹੈ, ਬੜੀ ਮਾਸ਼ਾਅੱਲਾ ਲਾਜਵਾਬ ਅਤੇ ਖੂਬਸੂਰਤ ਹੈ। ਇਹ ਸਾਰੀਆਂ ਗੱਲਾਂ ਜਨਾਬ ਬਾਕੀ ਮਾਲਕ ਤੋਂ ਲੈ ਕੇ ਦੇਵਾਂਗੇ। ਸੋਹਣਾ ਥਣ ਲੱਗਿਆ ਮਾਸ਼ਾਅੱਲਾ, ਵਿਰਲਾ ਕੈਮਰੇ ਨਜ਼ਰ 'ਤੇ ਨੇ, ਥੱਬੇ ਦਾ ਵਾਨਾ ਹੈ, ਖਾਲੀ ਗੱਲਾਂ ਹੀ ਨਹੀਂ ਕਰਨੀਆਂ, ਇਨਸ਼ਾਅੱਲਾ ਕੈਮਰੇ ਹੀ ਨਜ਼ਰ ਹੁੰਦਾ, ਜੋ ਹਿਸਾਬ ਕਿਤਾਬ ਹੈ ਪੁੱਛ ਲੈ ਜਨਾਬ, ਜਿਵੇਂ ਕਾਨਾ ਹੁੰਦਾ। ਇਹ ਬੱਚਾ ਵਿਖਾ ਦਿਆ ਜਨਾਬ, ਇਹ ਮਗਰ ਕੱਟੀ ਹੈ ਜਨਾਬ, ਤਸੱਲੀ ਨਾਲ ਵਿਖਾਇਆ ਜੇ, ਇਹ ਕੱਟੀ ਵਿਖਾਓ ਕੈਮਰਾਮੈਨ ਸਾਹਿਬ ਮਾਸ਼ਾਅੱਲਾ ਜੀ। ਭਾਅ ਜੀ ਇੱਧਰ ਆਓ, ਮਾਝ ਲੈ ਕੇ ਆਓ ਤੁਸੀਂ। ਅਸਲਾਮ ਵਾਲੇਕਮ ਜੀ। ਵਾਲੇਕਮ ਅਸਲਾਮ। ਮਾਝ ਮੋੜ ਕੇ ਲਿਆਓ ਇੱਕ ਵਾਰੀ, ਕੱਢ ਕੱਢ ਇਹਨੂੰ ਬਾਹਰ, ਕੈਮਰਾਮੈਨ ਸਾਹਿਬ ਕੱਟੀ ਤਸੱਲੀ ਕਰਵਾ ਦਿਓ ਤਾਂ ਕਿ ਵੇਖਣ ਵਿੱਚ ਜਿਹੜਾ ਕੋਈ ਘਾਟਾ ਵਾਧਾ ਨਾ ਹੋਵੇ। ਅਸਲਾਮ ਵਾਲੇਕਮ ਜੀ। ਵਾਲੇਕਮ ਅਸਲਾਮ। ਥੋੜ੍ਹਾ ਉੱਚੀ ਬੋਲਣਾ ਤਾਂ ਕਿ ਤੇਰੀ ਆਵਾਜ਼ ਹੈ ਜਿਹੜੀ ਸਾਡੇ ਵੀਰ ਭਰਾ ਸੁਣਨ ਅਤੇ ਪਤਾ ਲੱਗੇ ਕਿ ਮਾਲਕ ਨੇ ਕੀ ਗੱਲਾਂ ਕੀਤੀਆਂ ਨੇ। ਜਿਹੜੀ ਆਪਣੀ ਆ ਪਹਿਲਾਂ ਝੋਟੀ ਹੈ, ਇਹ ਪਹਿਲਾ ਸਵਾਰ ਸੋਈ ਹੈ? ਪਹਿਲਾਂ ਜੀ। ਅਤੇ ਕਿੰਨੇ ਕੁ ਦਿਨ ਹੋ ਗਏ ਇਹਨੂੰ? ਇੱਕ ਹਫ਼ਤਾ ਹੋ ਗਿਆ ਸੀ। ਇੱਕ ਹਫ਼ਤਾ ਹੋ ਗਿਆ ਸੋਈ ਨੂੰ? ਹਾਂਜੀ। ਅਤੇ ਸਭ ਤੋਂ ਪਹਿਲਾਂ ਇਹ ਦੱਸ ਵੀ ਇਹ ਹੈ ਨੀਲੀ ਜੀ? ਹਾਂਜੀ ਨੀਲੀ ਜੀ। ਨੀਲੀ ਜੀ ਖੜੇ ਤੁਸੀਂ, ਹੋਰ ਕਿੱਥੇ ਖੜੇ? ਅੱਛਾ, ਨੀਲੀ ਜੀ ਖੜਿਆ ਨੇ, ਜ਼ਰੂਰੀ ਨਹੀਂ ਵੀ ਨੀਲੀ 'ਚ ਖੜੇ ਹੋਣ ਨਾਲ ਹੀ ਜਨਾਬ ਨੀਲੀ ਦੀ ਮੱਝ ਲੱਭ ਜਾਂਦੀ ਹੈ? ਨਹੀਂ, ਨੀਲੀ ਅਸਲ ਨੀਲੀ ਦੀ ਹੈ। ਹਾਂਜੀ। ਅੱਛਾ, ਇਹਦੇ ਥਣਾਂ ਦੇ ਵਿੱਚ ਚੋਣ 'ਚ ਕੋਈ ਘਾਟਾ ਵਾਧਾ ਗਿਲਟੀ ਮਰੋੜੀ? ਕੋਈ ਨਹੀਂ ਮਾਸ਼ਾਅੱਲਾ। ਥੋੜ੍ਹਾ ਉੱਚੀ ਬੋਲਣਾ ਤੂੰ ਤਾਂ। ਹਾਂ, ਕੋਈ ਨਹੀਂ, ਸਾਫ਼ ਆ ਮਾਸ਼ਾਅੱਲਾ, ਐਨ ਕਲੀਅਰ ਆ। ਕਲੀਅਰ ਹੈ ਚੋਣ? ਸਖ਼ਤ ਹੈ ਕਿ ਨਰਮ? ਨਰਮ। ਚੋਣ ਬਿਲਕੁਲ ਨਰਮ? ਚੋਣ ਚੰਗਾ ਜੀ। ਅੱਛਾ, ਪੱਕਾ ਜਿਹਾ ਦੁੱਧ ਦੱਸਣਾ ਜਿਹੜਾ ਦੋ ਟਾਈਮ ਦਾ ਬੱਚੇ ਨੂੰ ਛੱਡ ਕੇ? ਹਾਂਜੀ। ਆਪਾਂ ਕਿਸੇ ਵੀਰ ਭਰਾ ਨੂੰ ਵਿਖਾ ਸਕੀਏ? ਇਹਦੇ ਨੇ 10 ਸੇਰ ਆਏ ਬੱਚੇ ਨੂੰ, 10 ਸੇਰ ਅਤੇ ਬਾਕੀ ਮੈਲਾ ਸ਼ਾਲਾ ਸੱਟੇਗੀ? ਹਾਂਜੀ, ਮੈਲਾ ਸੱਟਣਾ ਹੈ। ਅਤੇ ਕਿੰਨਾ ਦੁੱਧ ਕਰੇਗੀ? ਦੁੱਧ 15 ਲੀਟਰ ਕਰੇਗੀ। 15 ਲੀਟਰ ਦੀ ਗਰੰਟੀ ਦੇਵੇਗਾ? ਹਾਂਜੀ ਇਨਸ਼ਾਅੱਲਾ। ਅਗਰ ਨਾ ਦਿੱਤਾ ਤਾਂ? ਇਨਸ਼ਾਅੱਲਾ ਦੇਣੇ, ਵਾਪਸ ਕਰ ਦੇਵਾਂਗੇ। 15 ਕਿਲੋ ਨਾ ਦੇਵੇ ਤਾਂ ਵਾਪਸ ਕਰ ਦਈਏ? ਹਾਂਜੀ। ਫਿਰ ਆਵਣ ਜਾਵਣ ਦਾ ਕਿਰਾਇਆ ਅਤੇ ਜਿਹੜੇ ਤੂੰ ਪੈਸੇ ਲੈਣ ਉਹਨਾਂ ਨਾਲ ਕੀ ਬਣਨਾ? ਸਾਡਾ ਹੀ ਕਿਰਾਇਆ ਹੋਣਾ ਜਾਣਾ। ਅੱਛਾ, ਕੋਈ ਘਾਟਾ ਵਾਧਾ ਤਾਂ ਨਹੀਂ ਹੈਗਾ? ਨਹੀਂ ਜੀ।
ਤੇ ਮੁਹੱਬਤ ਪਿਆਰ ਵਾਲੇ ਪੈਸੇ ਜਿਹੜੇ ਆਪਾਂ ਲੈ ਲੈਣੇ ਨੇ, ਜ਼ਿਆਦਾ ਪੈਸੇ ਤਾਂ ਮੰਗੀ ਨਾ ਕਿਸੇ ਨੇ ਦੇਣੇ, ਸਾਵਣ ਦਾ ਮਹੀਨਾ ਹੈ, ਜਿਹੜੀ ਮੈਂ ਸਮਝ ਕੇ ਨਹੀਂ ਆਈ, ਜਿਹੜਾ ਕੋਈ ਥੋੜਾ ਬਹੁਤ ਦੀ ਮੁਹੱਬਤ ਕਰਾਂਗੇ ਤੁਹਾਡੇ ਨਾਲ। ਤੇ ਕਿੰਨੇ ਪੈਸੇ ਨੇ ਇਹਦਾ? ਜੀ 3,15,000 ਮੁੱਲ ਕਰ। 3,15,000 ਰੁਪਇਆ? ਹਾਂਜੀ। ਬਹੁਤ ਨਹੀਂ ਮੰਗੀ ਖਾਣਾ ਪੈਸੇ? ਨਹੀਂ ਜੀ, ਮੱਝ ਤਾਂ ਵੇਖੋ ਪਹਿਲਾਂ ਮੱਝ ਆ, ਉੱਥੋਂ ਸਾਵਣ ਪਾਦਰੋ ਦਾ ਮਹੀਨਾ ਹੈ, ਤੇ 3,15,000 ਰੁਪਇਆ ਚੋਟੀ ਤੇਰੀ ਵੇਖੀ ਜਾਣੇ, ਕੱਦ ਕਾਠ ਵਾਲੀ ਹੈ ਵੇ ਨਜ਼ਰ ਆਉਂਦੀ ਪਈ ਹੈ, ਲੇਕਿਨ ਫਿਰ ਵੀ ਮੁਹੱਬਤ ਪਿਆਰ ਕਿੰਨਾ ਕਰੇਗਾ ਭਰਾਵਾ? ਕੋਈ ਦੀਦ ਮੁਹੱਬਤ ਥੋੜ੍ਹੇ ਨਾਲ ਥੋੜ੍ਹੀ ਬਹੁਤੀ ਕਰਾਂਗੇ, ਲੇਕਿਨ ਮਾਸ਼ਾਅੱਲਾ ਮਾਲ ਸਾਡਾ ਯੂ ਚੰਗੀ ਆ, ਮਾਲ ਚੰਗਾ, ਯੂ ਚੰਗੇ, ਠੀਕ ਹੈ ਕਰ ਲੈਣਾ ਜਨਾਬ। 3,15,000 ਰੁਪਇਆ ਵਿੱਚ ਪਿਆਰ ਮੁਹੱਬਤ ਪਹਿਲਾ ਸੁਆਸ ਹੋਈ ਜਨਾਬ, ਦੋਧੀਆਂ ਗਰੰਟੀਆਂ, ਕੋਈ ਜਨਾਬ ਕਿਸੇ ਕਿਸਮ ਦਾ ਘਾਟਾ ਵਾਧਾ ਨਹੀਂ, ਬਿਲਕੁਲ ਚੋਣ ਸਾਫ਼ ਸੁਥਰਾ। ਆਪਣਾ ਨੰਬਰ ਹੁੰਦਾ 0347 0767 84 88। ਮਿਲਾਂਗੇ ਜਨਾਬ ਅਗਲੀ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।